ਪੰਜ ਆਬ ਪੰਜ ਦਰਿਆਵਾਂ ਦੀ ਧਰਤੀ ਜਿੱਥੇ ਖੇਤ ਨੇ ਸਬਜ਼ਾ ਸਹਿਰਾ ਅਤੇ ਪਹਾੜ ਨੇ ਇੱਥੋਂ ਹੀ ਇਨਸਾਨੀ ਤਹਿਜ਼ੀਬ ਦਾ ਮੁੱਢ ਬੱਜਦਾ ਏ ਹੜੱਪਾ ਬਹੁਤ ਪੁਰਾਣਾ ਸ਼ਹਿਰ ਏ ਜਿਹੜਾ ਅੱਜ ਵੀ ਜ਼ਿੰਦਾ ਏ ਸ਼ਹਿਰ ਦੀ ਮਨਸੂਬਾਬੰਦੀ ਇੱਟਾਂ ਬਣਾਉਣਾ ਖੂਹ ਕੱਢਣਾ ਢੱਗਿਆਂ ਦਾ ਇਸਤੇਮਾਲ ਅਤੇ ਗੱਲੇ ਨੂੰ ਇਕੱਠਾ ਕਰਨ ਦੇ ਤਰੀਕੇ ਇਸ ਤਹਿਜ਼ੀਬ ਵਿੱਚ ਲੱਭਦੇ ਨੇ ਕਿਸੇ ਤਾਰੀਖਦਾਨ ਨੂੰ 3000 ਵਰ੍ਹੇ ਦੀ ਤਹਿਜ਼ੀਬ ਵਿੱਚ ਲੜਾਈ ਝਗੜੇ ਅਤੇ ਬਰਬਾਦੀ ਦੇ ਕੋਈ ਆਸਾਰ ਨਹੀਂ ਲੱਭਦੇ ਅਲੈਗਜ਼ੈਂਡਰ ਕਨਿੰਗਮ ਇੱਕ ਮਾਹਿਰੇ ਅਸਾਰੇ ਕਦੀਮਾ ਸੀ ਜਿਹਨੇ ਇੱਥੇ ਖੁਦਾਈ ਕੀਤੀ ਅਤੇ ਨਾਲੇ ਨਕਸ਼ਾ ਬਣਾਇਆ ਉਹਨੂੰ ਕੁਛ ਨਾਯਾਬ ਚੀਜ਼ਾਂ ਲੱਭੀਆਂ ਜਿਨ੍ਹਾਂ ਨੂੰ ਉਹ ਸਮਝ ਨਹੀਂ ਪਾਇਆ ਵੈਸੇ ਵੀ ਉਹਨਾਂ ਚੀਜ਼ਾਂ ਦੀ ਰਵਾਇਤੀ ਅਹਿਮੀਅਤ ਅਤੇ ਅਸਲ ਉਮਰ ਦੱਸਣਾ ਔਖਾ ਸੀ ਹੜੱਪਾ ਤਹਿਜ਼ੀਬ ਨਿਗਰਾਨ ਹੈ ਉਸ ਰਵਾਇਤ ਦੀ ਜਿਹੜੀ ਮਜਲਿਸੀ ਜ਼ਿੰਦਗੀ ਮਹਿਰਗੜ੍ਹ ਸ਼ੁਰੂ ਹੋਈ ਸੀ 10,000 ਕਬਲ ਮਸੀਹ ਇਹ ਤਹਿਜ਼ੀਬ ਉਸ ਵਕਤ ਦੀ ਦੂਜੀ ਵਧੀ ਹੋਈ ਤਹਿਜ਼ੀਬਾਂ ਦੇ ਨਾਲ ਜੁੜੀ ਹੋਈ ਸੀ ਇਹ ਸਾਬਤ ਹੋ ਚੁੱਕਿਆ ਹੈ ਕਿ ਇੱਥੋਂ ਕਈ ਸਾਰੀਆਂ ਚੀਜ਼ਾਂ ਲਿੱਤੀਆਂ ਗਈਆਂ ਇੰਡਸ ਵੈਲੀ ਸਿਵਿਲਾਈਜੇਸ਼ਨ ਅਫਗਾਨਿਸਤਾਨ ਤੋਂ ਵੱਧਦੇ ਵੱਧਦੇ ਬਹਿਰਿਆ ਅਰਬ ਅਤੇ ਬਲੋਚਿਸਤਾਨ ਤੋਂ ਫਿਰ ਪੂਰੇ ਪੰਜਾਬ ਮਸ਼ਰਕੀ ਪੰਜਾਬ ਹਰਿਆਣਾ ਤੱਕ ਜਿਹੜਾ ਹੁਣ ਇੰਡੀਆ 'ਚ ਗਈ ਸਰ ਲੈਨਡ ਵੂਲੀ ਅਤੇ ਹੋਰ ਵੀ ਲੋਕਾਂ ਨੇ ਜਦੋਂ ਮੈਸੋਪੋਟੇਮੀਆ ਉੜਦੇ ਇਲਾਕੇ 'ਚ ਖੁਦਾਈ ਕੀਤੀ ਅਤੇ ਉਹਨਾਂ ਨੂੰ ਵੀ ਕੁਛ ਨਾਯਾਬ ਸੀਲਾਂ ਲੱਭੀਆਂ ਜਿਹੜੀ ਹੜੱਪਾ ਦੀਆਂ ਸੀਲਾਂ ਦੇ ਨਾਲ ਮਿਲਦੀਆਂ ਸਨ ਫੌਰਨ ਹੀ ਸਾਰੀ ਦੁਨੀਆ ਦੀਆਂ ਨਜ਼ਰਾਂ ਇੱਥੇ ਹੋ ਗਈਆਂ ਕਿ ਇਹ ਜਨੂਬੀ ਏਸ਼ੀਆ ਦੀ ਸਭ ਤੋਂ ਪੁਰਾਣੀ ਤਹਿਜ਼ੀਬ ਰਕਬੇ ਦੇ ਹਿਸਾਬ ਨਾਲ ਹੜੱਪਾ ਦੀ ਤਹਿਜ਼ੀਬ ਦੁਨੀਆ ਦੀ ਸਭ ਤੋਂ ਵੱਡੀ ਤਹਿਜ਼ੀਬ ਹੈ
2000 ਕਬਲ ਮਸੀਹ ਦੇ ਨੇੜੇ ਆਰਿਆਵਾਂ ਦੀ ਬਹੁਤ ਵੱਡੀ ਤਾਦਾਦ ਜਿਨ੍ਹਾਂ ਘੋੜਿਆਂ ਤੇ ਰੱਥਾਂ ਦਾ ਇਸਤੇਮਾਲ ਸਿੱਖ ਲਿਆ ਹੋਇਆ ਸੀ ਐਸੇ ਇਲਾਕੇ ਵਿੱਚ ਆਏ। ਉਹ ਤੇਜ਼ ਰਫ਼ਤਾਰ ਸਨ, ਜੰਗ ਕਰਨ ਦਾ ਵੱਲ ਵੀ ਜਾਣਦੇ ਸਨ, ਜਦਕਿ ਇੰਡਸ ਦੇ ਲੋਕ ਜੰਗ ਕਰਨ ਤੋਂ ਬਿਲਕੁਲ ਅਣਜਾਣ ਸਨ। ਐਸੇ ਲਈ ਉਹ ਟਹਿ ਗਏ। ਆਰਿਆਵਾਂ ਇੱਕ ਇੰਡਸ ਕਬੀਲੇ ਦਾਸੀਓ ਦੇ ਨਾਂ ਤੇ ਸਭ ਨੂੰ ਦੇਸੀ ਆਖਿਆ, ਯਾਨੀ ਗੁਲਾਮ ਦਾ ਨਾਂ ਦਿੱਤਾ। ਬੰਦਿਆਂ ਨੂੰ ਦਾਸ ਤੇ ਬੀਬੀਆਂ ਨੂੰ ਦਾਸੀਆਂ ਬਣਾ ਚੱਲਿਆ। ਆਪਣਾ ਕਲਾਸ ਸਿਸਟਮ ਤੇ ਮਜ਼ਹਬ ਜਾਣੂ ਕਰਵਾਇਆ, ਜਿਹੜਾ ਹਿੰਦੂ ਮਤ ਦੇ ਨਾਂ ਨਾਲ ਜਾਣਿਆ ਗਿਆ। ਪੰਜਾਬ ਨੂੰ ਹਿੰਦੂ ਮਤ ਦਾ ਬਹੁਤ ਅਹਿਮ ਇਲਾਕਾ ਸਮਝਿਆ ਜਾਂਦਾ ਰਿਹਾ ਹੈ। ਇੱਥੇ ਹਿੰਦੂ ਮਤ ਦੇ ਬਹੁ ਪੁਰਾਣੇ ਬੁੱਤ, ਮੰਦਿਰ ਤੇ ਦੂਜੇ ਮਜ਼ਹਬੀ ਆਸਾਰ ਹੁਣ ਤੀਕਰ ਚਕਵਾਲ ਦੇ ਇਲਾਕੇ ਵਿੱਚ ਮੌਜੂਦ ਨੇ। ਪੰਜਾਬ ਵਿੱਚ ਟੈਕਸਲਾ ਦਾ ਮੁਕਾਮ ਬਹੁਤ ਵੱਡਾ ਤੇ ਪੁਰਅਮਨ ਮਜ਼ਹਬ ਦਾ ਮਰਕਜ਼ ਬਣਿਆ। ਤਕਰੀਬਨ 2000 ਵਰੇ ਪਹਿਲਾਂ ਰਾਜਾ ਅਸ਼ੋਕ ਨੇ ਹਿੰਦੂ ਮਤ ਛੱਡ ਕੇ ਬੁੱਧ ਮਤ ਕਬੂਲ ਕੀਤਾ ਤੇ ਇੱਕ ਵੱਡੀ ਇਬਾਦਤ ਗਾਹ ਬਣਾਈ। ਟੈਕਸਲਾ ਵਿੱਚ ਹੀ ਪੜ੍ਹਾਈ ਲਈ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਵੀ ਬਣਾਈ ਗਈ। ਟੈਕਸਲਾ ਵਿੱਚ ਗੰਧਾਰਾ ਆਰਟ ਨੇ ਜਨਮ ਲਿਆ ਤੇ ਕਮਾਲ ਤਿਕਰ ਅਪੜਿਆ। ਅੱਜ ਵੀ ਪੂਰੀ ਦੁਨੀਆ ਤੋਂ ਬਹੁਤ ਸਾਰੇ ਸਿਆਹ ਇੱਥੇ ਆਉਂਦੇ ਨੇ। ਪੰਜਾਬ ਦੀ ਧਰਤੀ ਮਜ਼ਹਬਾਂ ਦੇ ਇਤਬਾਰ ਨਾਲ ਹਮੇਸ਼ ਬੜੀ ਜ਼ਰਖੇਜ਼ ਰਹੀ ਹੈ। ਇਸਲਾਮ ਦਾ ਸੁਨੇਹਾ ਇਸ ਇਲਾਕੇ ਵਿੱਚ ਕਈ ਵੱਡੀਆਂ ਹਸਤੀਆਂ ਦੇ ਰਾਹੀਂ ਫੈਲਿਆ। ਦਾਤਾ ਗੰਜ ਬਖਸ਼, ਸ਼ਾਹਰੁਖ ਨੇ ਆਲਮ, ਸ਼ਾਹ ਸ਼ਮਸ ਤਬਰੇਜ਼, ਮਾਈ ਜੂੰਦੀ ਤੇ ਯੂਸਫ ਸ਼ਾਹ ਗਰਦੇਜ਼ੀ ਵਰਗੇ ਵੱਡੇ ਸੂਫੀ ਬੰਦਿਆਂ ਨੇ ਇਸਲਾਮ ਦਾ ਸਲਾਮਤੀ ਤੇ ਆਪਸੀ ਅਮਨ ਨਾਲ ਹਯਾਤੀ ਕਰਨ ਦਾ ਸੁਨੇਹਾ ਦਿੱਤਾ, ਜਿਹੜਾ ਪੰਜਾਬ ਵਿੱਚ ਬੜੀ ਛੇਤੀ ਖਿਲ ਰਿਹਾ ਹੈ। ਪੰਜਾਬੀ ਜ਼ਬਾਨ ਦਾ ਸਭ ਤੋਂ ਵੱਡਾ ਸਰਮਾਇਆ ਜਿਹੜਾ ਹੈ, ਅਸਾਸਾ ਹੈ, ਜਿਹੜਾ ਪੂਰੀ ਦੁਨੀਆ 'ਚ ਸਾਡੀ ਪਹਿਚਾਣ ਹੈ, ਉਹ ਸੂਫੀ ਸ਼ਾਇਰ ਨੇ। ਬਾਬਾ ਬੁੱਲੇ ਸ਼ਾਹ ਨੂੰ ਪੂਰੀ ਦੁਨੀਆ ਪੜ੍ਹਦੀ ਹੈ, ਉਹਨਾਂ ਦੀ ਟ੍ਰਾਂਸਲੇਸ਼ਨਸ ਹੋਈਆਂ ਨੇ। ਸੂਫੀ ਸ਼ਾਇਰ ਜਿਹੜੇ ਸਾਡੇ ਨੇ ਫਿਲੋਸਫਰ ਸਨ, ਵਲੀ ਸਨ, ਔਰ ਇਹਨਾਂ ਨੇ ਦੀਨ ਔਰ ਦੁਨੀਆ ਔਰ ਕਾਇਨਾਤ ਦੀਆਂ ਜਿਹੜੀਆਂ ਤਹਿਆਂ ਨੇ ਉਹ ਫਰੋਲੀਆਂ ਔਰ ਰਾਜ਼ ਕੱਢ ਕੇ ਦੱਸੇ ਜ਼ਿੰਦਗੀ ਦੇ। ਪੰਜਾਬੀ ਜ਼ਬਾਨ ਦੀ ਵਡਿਆਈ ਦੀ ਇੱਥੋਂ ਹੀ ਤੁਸੀਂ ਦੇਖ ਲਓ ਕਿ ਦੁਨੀਆ ਦੀਆਂ 10 ਵੱਡੀਆਂ ਜ਼ਬਾਨਾਂ 'ਚੋਂ ਵਿੱਚ ਇੱਕ ਜ਼ਬਾਨ ਹੈ। ਮੁਲਤਾਨ ਸੂਫੀਆਂ ਦਾ ਮਰਕਜ਼ ਬਣ ਗਿਆ। ਮੁਲਤਾਨ ਪੰਜਾਬ ਦਾ ਇੱਕ ਬਹੁ ਪੁਰਾਣਾ ਸ਼ਹਿਰ ਹੈ। ਸਿਕੰਦਰ ਆਜ਼ਮ ਦੇ ਆਉਣ ਤੋਂ ਹੁਣ ਤੀਕਰ ਇਹ ਬੜੀਆਂ ਰਵਾਇਤਾਂ ਦਾ ਅਮੀਨ ਰਿਹਾ ਹੈ। ਇੱਥੇ ਸੂਫੀਆਂ ਦੇ ਬੜੇ ਸੋਹਣੇ ਮਜ਼ਾਰ ਵੀ ਨੇ ਤੇ ਰਵਾਇਤਾਂ ਵੀ ਹਲੇ ਤੱਕ ਜ਼ਿੰਦਾ ਨੇ। ਮੁਲਤਾਨ ਆਪਣੀ ਦਸਤਕਾਰੀ ਕਾਰਨ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਹਰ ਚੀਜ਼ ਨੂੰ ਮੁਕੰਮਲ ਹੋਣ ਲਈ ਕਮ ਅਜ਼ ਕਮ 5 ਤੋਂ 7 ਲੋਕਾਂ ਤੋਂ ਹੋ ਕੇ ਜਾਣਾ ਪੈਂਦਾ ਹੈ। ਇਹ ਸਕਾਫਤ ਪੂਰੀ ਦੁਨੀਆ ਵਿੱਚ ਸਿਰਫ ਮੁਲਤਾਨ ਵਿੱਚ ਅੱਜ ਵੀ ਜ਼ਿੰਦਾ ਹੈ। ਦਰਬਾਰੋਂ ਕੇ ਮਸਾਜਿਦ ਕੇ ਜੋ ਆਰਟ ਹੈ, ਮਜ਼ਾਰਾਂ ਤੇ ਮਸਜਿਦਾਂ ਦੀ ਟਹਿਲਾਂ ਨੂੰ ਵੇਖ ਕੇ ਇਹ ਕੰਮ ਹੁੰਦਾ ਹੈ। ਪੰਜਾਬ ਦੀ ਪੁਰਅਮਨ ਫਜ਼ਾ ਵਿੱਚ ਗੁਰੂ ਨਾਨਕ ਸਾਹਿਬ ਨੇ ਜਨਮ ਲਿਆ ਤੇ ਅੱਲਾ ਦੀ ਵਾਹਦਾਨੀਅਤ ਦਾ ਪ੍ਰਚਾਰ ਕਰਦੇ ਹੋਏ ਸਿੱਖ ਮਜ਼ਹਬ ਦੇ ਅਸੂਲ ਬਣਾਏ। ਸਿੱਖ ਮਜ਼ਹਬ ਦੀ ਮੁਕੱਦਸ ਬਾਰਗਾਹ ਨਨਕਾਣਾ ਸਾਹਿਬ ਵਿਚਕਾਰਲੇ ਪੰਜਾਬ ਵਿੱਚ ਹੈ। ਇੱਥੇ ਗੁਰੂ ਨਾਨਕ ਪੈਦਾ ਹੋਏ ਨੇ। ਜਿਸ ਤਰ੍ਹਾਂ ਇਸਲਾਮ ਮਜ਼ਹਬ ਦੇ ਖਾਨਾ ਕਾਬਾ, ਇਸ ਤਰ੍ਹਾਂ ਸਾਡਾ ਸਿੱਖ ਮਜ਼ਹਬ ਦੇ ਖਾਨਾ ਕਾਬਾ, ਇੱਥੇ ਸ਼ੁਰੂਆਤ ਹੋਈ। ਇਸ ਜ਼ਿਲ੍ਹੇ ਵਿੱਚ ਕਈ ਹਜ਼ਾਰ ਸਿੱਖ ਰਹਿੰਦੇ ਨੇ, ਜਿਹੜੇ ਹਰ ਰੋਜ਼ ਇਸ ਗੁਰਦੁਆਰੇ ਤੇ ਹਾਜ਼ਰੀ ਦਿੰਦੇ ਨੇ ਤੇ ਇਹਦਾ ਪ੍ਰਬੰਧ ਸੰਭਾਲਦੇ ਨੇ।
ਪੰਜਾਬ ਦਾ ਸਭ ਤੋਂ ਮਸ਼ਹੂਰ ਸ਼ਹਿਰ ਲਾਹੌਰ ਰਾਵੀ ਦੇ ਕੰਢੇ 'ਤੇ ਆਬਾਦ ਹੈ। ਇਸ ਸ਼ਹਿਰ ਨੂੰ ਪੰਜਾਬ ਦਾ ਦਿਲ ਵੀ ਆਖਿਆ ਜਾਂਦਾ ਹੈ। ਮਸੀਤਾਂ, ਇਲਮ ਅਤੇ ਖੋਜ, ਪਕਵਾਨਾਂ ਅਤੇ ਮਜਲਸੀ ਅਤੇ ਸਕਾਫਤੀ ਹਯਾਤੀ ਬਾਰੇ ਜ਼ਰਬੁਲ ਮਿਸਲ ਹੈ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਬਰੇ ਸਗੀਰ ਮੇਂ ਸਾਊਥ ਏਸ਼ੀਆ ਮੇਂ ਬਹੁਤ ਬੜੀ ਹੈਸੀਅਤ ਹੈ। ਲਾਹੌਰ ਦੀ ਅਹਿਮੀਅਤ ਖਾਲੀ ਪੰਜਾਬ ਜਾਂ ਪਾਕਿਸਤਾਨ ਤੱਕ ਹੀ ਨਹੀਂ ਬਲਕਿ ਪੂਰੇ ਬਰੇ ਸਗੀਰ ਅਤੇ ਜਨੂਬੀ ਏਸ਼ੀਆ ਤੱਕ। ਲਾਹੌਰ ਖਾਲੀ ਆਪਣੀ ਤਾਰੀਖੀ ਇਮਾਰਤਾਂ ਲਈ ਮਸ਼ਹੂਰ ਨਹੀਂ ਬਲਕਿ ਕਈ ਸਾਰੇ ਸਕਾਫਤੀ ਚੀਜ਼ਾਂ ਜਿਵੇਂ ਖਾਣੇ, ਬਸੰਤ, ਆਪਣੇ ਫੈਸਟੀਵਲ ਜਿਵੇਂ ਫਿਲਮ, ਸੰਗੀਤ, ਸੂਫੀ ਕਲਾਮ ਦਾ ਗੜ੍ਹ, ਜਿੱਥੇ ਤੱਕ ਸੋਚ ਜਾਂਦੀ ਹੈ ਉਹ ਸਭ ਇੱਥੇ ਲੱਭਦਾ, ਜਿਵੇਂ ਪਾਰਕ, ਤਾਲੀਮੀ ਅਦਾਰੇ ਵਗੈਰਾ ਵਗੈਰਾ। ਆਪਣੇ ਕੋਲ ਕੋਲ ਦੇ ਸ਼ਹਿਰਾਂ ਚੋਂ ਲਾਹੌਰ ਸਭ ਤੋਂ ਜ਼ਿਆਦਾ ਕਾਮਯਾਬ ਤੇ ਜ਼ਿੰਦਾ ਸ਼ਹਿਰ ਹੈ। ਇਹ ਵਾਹਦ ਸ਼ਹਿਰ ਹੈ ਜਿਹੜਾ ਕਦੀ ਨਹੀਂ ਸੌਂਦਾ। ਇਸ ਵਕਤ ਤੱਕ ਕੋਈ ਤਕਰੀਬਨ 2000 ਪ੍ਰਾਪਰਟੀਜ਼ ਪੇ ਹਮ ਕਾਮ ਕਰ ਚੁਕੇ ਹੈ ਔਰ ਉਨਮੇ ਅਸੀਂ ਤਕਰੀਬਨ 2000 ਇਮਾਰਤਾਂ ਤੇ ਕੰਮ ਕਰ ਲਿਆ ਜਿਹਦੇ ਵਿੱਚ ਦੁਕਾਨਾਂ, ਕਾਰ, ਸੜਕਾਂ ਤੇ ਹੋਰ ਵੀ ਇਮਾਰਤਾਂ ਨੇ। ਲਾਹੌਰ 'ਚ ਕਈ ਸਾਰੀ ਤਾਰੀਖੀ ਥਾਵਾਂ ਨੇ ਜਿਹਦੇ ਵਿੱਚ ਸ਼ਾਹੀ ਹਮਾਮ, ਦਿੱਲੀ ਦਰਵਾਜ਼ਾ ਤੇ ਵਜ਼ੀਰ ਖਾਨ ਮਸਜਿਦ ਦਾ ਬਾਹਰਲਾ ਹਿੱਸਾ ਸ਼ਾਮਲ ਹੈ। ਸ਼ਾਹੀ ਹਮਾਮ ਦੀ ਮੁਰੰਮਤ ਦਾ ਕੰਮ ਦੁਨੀਆ 'ਚ ਕਿਤੇ ਵੀ ਮਿਲਾ ਲਵੋ, ਐਸੇ ਲਈ ਉਹਨੂੰ ਪਿਛਲੇ ਸਾਲ ਯੂਨੈਸਕੋ ਅਵਾਰਡ ਮਿਲਿਆ। ਇਸਕੇ ਨਾਮ ਸੇ ਜ਼ਾਹਿਰ ਹੋ ਰਿਹਾ ਸ਼ਾਹੀ ਹਮਾਮ ਯੇ ਨਹਾਨੇ ਕੀ ਜਗ੍ਹਾ ਥੀ ਔਰ ਸ਼ਾਹੀ ਲੋਕਾਂ ਤੋਂ ਹੀ ਅੰਦਾਜ਼ਾ ਹੋ ਰਿਹਾ ਹੈ ਕਿ ਸ਼ਾਹੀ ਹਮਾਮ ਸ਼ਾਹੀ ਲੋਕਾਂ ਦੀ ਨਾਣ ਧੋਣ ਦੀ ਥਾਂ ਸੀ। 1634 ਵਿੱਚ ਸ਼ਾਹਜਹਾਂ ਜਿਹੜਾ ਉਸ ਵਕਤ ਦਾ ਹੁਕਮਰਾਨ ਸੀ ਉਹਨੇ ਇਸ ਥਾਂ ਦਾ ਨਾਂ ਆਪਣੇ ਸਭ ਤੋਂ ਕਰੀਬੀ ਵਜ਼ੀਰ ਵਜ਼ੀਰ ਖਾਨ ਦੇ ਨਾਂ 'ਤੇ ਰੱਖਿਆ। ਇਸ ਜਗ੍ਹਾ ਨੂੰ ਸ਼ਾਹੀ ਇਮਾਮ ਜਾਂ ਵਜ਼ੀਰ ਖਾਨ ਦੇ ਹਮਾਮ ਵੀ ਕਹਿੰਦੇ ਨੇ। ਮੇਰੇ ਪਿੱਛੇ ਤੁਸੀਂ ਟਾਈਲਾਂ ਦਾ ਕੰਮ ਵੇਖ ਸਕਦੇ ਹੋ। ਸ਼ਾਹੀ ਇਮਾਮ ਵਿੱਚ 21 ਕਮਰੇ ਨੇ, 8 ਗਰਮ ਪਾਣੀ ਦੇ, 8 ਠੰਡੇ ਪਾਣੀ ਦੇ ਤੇ 5 ਸੋਨਾ ਬਾਥ ਦੇ। ਕੋਲਾ ਜਲਾਉਂਦੇ ਸਨ ਤੇ ਸਾਰੀ ਗਰਮੀ ਛੋਟੀ ਛੋਟੀ ਨਾਲੀਆਂ ਚੋਂ ਲੰਘਦੀ ਸੀ। ਗਰਮ ਕਰਨ ਦਾ ਇਹ ਤਰੀਕਾ ਹਾਈਪੋਕਾਸਟ ਸਿਸਟਮ ਵਰਗਾ ਸੀ, ਜਿਹੜੀ ਰੋਮਨ ਤਕਨੀਕ ਹੈ। ਬੜੀ ਕਮਾਲ ਦੀ ਗੱਲ ਹੈ ਕਿ ਇਹ ਤਕਨੀਕ ਲਾਹੌਰ ਵਿੱਚ ਇਸਤੇਮਾਲ ਹੋਈ, ਉਹ ਵੀ 1634 ਵਿੱਚ। ਲਾਹੌਰ ਹੁਣ ਇੱਕ ਬਹੁਤ ਵੱਡਾ ਸ਼ਹਿਰ ਹੈ ਜਿਹਦੀ ਆਬਾਦੀ ਤਕਰੀਬਨ 1 ਕਰੋੜ ਦੇ ਨੇੜੇ ਹੈ ਤੇ ਇਹ ਜਦੀਦ ਸਹੂਲਤਾਂ ਨਾਲ ਵੀ ਭਰਿਆ ਹੋਇਆ ਹੈ। ਜੇਲਮ ਦਰਿਆ ਅਤੇ ਇਹਦਾ ਆਂਢ ਗੁਆਂਢ ਵੀ ਦਿਲਚਸਪੀ ਦਾ ਮਰਕਜ਼ ਨੇ। ਇੱਥੇ ਸ਼ੇਰ ਸ਼ਾਹ ਸੂਰੀ ਹੋਰਾਂ 15ਵੀਂ ਸਦੀ ਵਿੱਚ ਕਿਲ੍ਹਾ ਰੁਤਾਸ ਬਣਾਇਆ ਜਿਹਨੂੰ ਬੈਨ ਅਲਕੌਮੀ ਤੌਰ 'ਤੇ ਦੁਨੀਆ ਦੀ ਵੱਡੀ ਵਿਰਾਸਤ ਦਾ ਹਿੱਸਾ ਮਿੱਥਿਆ ਗਿਆ ਹੈ। ਉਹਦੀ ਦਿਫਾਈ ਕੰਧ 4 ਕਿਲੋਮੀਟਰ ਲੰਮੀ ਅਤੇ ਇਹਦੀ ਚੌੜਾਈ 10 ਤੋਂ 14 ਮੀਟਰ ਤੱਕ ਹੈ। ਸਿਆਹ ਇੱਥੇ ਰੁਤਾਸ ਦੇ ਕਿਲ੍ਹੇ ਦੀ ਆਲੀਸ਼ਾਨ ਤਾਮੀਰ ਵੇਖਣ ਆਉਂਦੇ ਨੇ ਤੇ ਮੁੜਦਿਆਂ ਜੇਲਮ ਦੇ ਨੇੜੇ ਮੀਆਂ ਜੀ ਦੀ ਦਾਲ ਦਾ ਮਜ਼ਾ ਵੀ ਚੱਖਦੇ ਨੇ, ਜਿਹਨੂੰ ਖਾਣ ਲਈ ਸ਼ਹਿਜ਼ਾਦੀ ਡਿਆਨਾ ਵੀ ਇੱਥੇ ਅੱਪੜ ਗਈਆਂ ਸਨ। ਪੰਜਾਬ ਦੇ ਪਹਾੜੀ ਇਲਾਕੇ ਵੀ ਬੜੇ ਮਨ ਖਿੱਚਵੇਂ ਨੇ। ਇਹਦੇ ਸ਼ਮਾਲੀ ਇਲਾਕਿਆਂ ਵਿੱਚ ਪਹਾੜਾਂ ਦੀ ਮਲਕਾ ਕੋ ਮਰੀਏ, ਜਿੱਥੇ ਸਿਆਵਾਂ ਲਈ ਦਿਲਚਸਪੀ ਦਾ ਵੱਡਾ ਸਾਮਾਨ ਮੌਜੂਦ ਹੈ। ਇੱਥੇ ਕੁਦਰਤੀ ਸਕੂਨ ਵਿੱਚ ਬੰਦੇ ਤੇ ਜਨੌਰ ਅਮਨ ਨਾਲ ਰਹਿੰਦੇ ਨੇ। ਪੰਜਾਬ ਵਿੱਚ ਬਹੁ ਪੁਰਾਣੀ ਵਾਦੀਏ ਸੂਨ ਕੁਦਰਤੀ ਹੁਸਨ ਦਾ ਇੱਕ ਲੁਕਿਆ ਹੋਇਆ ਖਜ਼ਾਨਾ ਹੈ। ਅੱਜ ਵੀ ਖੁਸ਼ਾਬ ਦੀ ਝੀਲ ਤੇ ਸਾਈਬੇਰੀਆ ਤੋਂ ਲੱਖਾਂ ਫਲੈਮਿੰਗੋਸ ਆਉਂਦੇ ਨੇ। ਇਹਦੀਆਂ ਨੀਲੀਆਂ ਝੀਲਾਂ ਵੀ ਹੈਰਾਨ ਕਰ ਦਿੰਦੀਆਂ ਨੇ। ਇਹਦੇ ਵਿੱਚ ਕੁਦਰਤ ਦੇ ਕਈ ਨਜ਼ਾਰੇ ਨੇ। ਸ਼ੇਰ ਸ਼ਾਹ ਸੂਰੀ ਨੇ ਜਦੋਂ ਇੱਥੇ ਦੀ ਝੀਲ ਦਾ ਪਾਣੀ ਪੀਤਾ
ਤੇ ਬੇਇਖਤਿਆਰ ਉਹਦੇ ਮੂੰਹ ਨਿਕਲਿਆ ਖੁਸ਼ ਆਬ ਮਿੱਠਾ ਪਾਣੀ। ਅੱਜ ਇੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਆਬੀ ਪੰਛੀ ਆਉਂਦੇ ਨੇ। ਸਾਇਬੇਰੀਆ ਤੋਂ ਆਉਣ ਵਾਲੇ ਫਲੈਮੀਗੋਸ ਖਾਸ ਕਰ ਮਸ਼ਹੂਰ ਨੇ। ਵਾਦੀਏ ਸੂਨ ਦੇ ਦੂਜੇ ਪਾਸੇ ਪਹਾੜਾਂ ਦੇ ਰੰਗ ਬਦਲ ਜਾਂਦੇ ਨੇ। ਆਖਿਆ ਜਾਂਦਾ ਹੈ ਕਿ ਸਿਕੰਦਰ ਆਜ਼ਮ ਦੀ ਫੌਜ ਦੇ ਘੋੜੇ ਇੱਥੇ ਆ ਕੇ ਪੱਥਰਾਂ ਨੂੰ ਚੱਟਣ ਲੱਗ ਪਏ ਸਨ, ਕਿਉਂ ਜੇ ਇਹਨਾਂ ਵਿੱਚ ਨਮਕ ਸੀ ਤੇ ਸਦੀਆਂ ਪਿੱਛੋਂ ਇੱਥੇ ਦੁਨੀਆ ਦੇ ਸਭ ਤੋਂ ਵੱਡੇ ਨਮਕ ਦੇ ਜ਼ਖੀਰੇ ਕਾਨਾਂ ਦੀ ਸ਼ਕਲ ਵਿੱਚ ਲੱਭੇ। ਛੋੜਾ ਸਾਹਿਬ ਮਾਈਨ ਕੇ ਅੰਦਰ ਜੋ ਨਮਕ ਹੈ, ਖਿਓੜਾ ਵਿੱਚ ਨਮਕ ਦੇ ਜ਼ਖੀਰੇ 326 ਕਬਲ ਮਸੀਹ ਵਿੱਚ ਸਿਕੰਦਰ ਆਜ਼ਮ ਦੇ ਦੌਰ ਵਿੱਚ ਲੱਭੇ। ਖਿਓੜਾ ਸਾਲਟ ਮਾਈਨਸ ਦੁਨੀਆ 'ਚ ਦੂਸਰੀ ਸਭ ਤੋਂ ਵੱਡੀ ਤੇ ਏਸ਼ੀਆ ਦੀ ਪਹਿਲੇ ਨੰਬਰ ਦੀ ਸਭ ਤੋਂ ਵੱਡੀ ਜਗ੍ਹਾ। ਦੁਨੀਆ ਦੀ ਸਭ ਤੋਂ ਵੱਡੀ ਨਮਕ ਦੀਆਂ ਕਾਨਾਂ ਪੋਲੈਂਡ 'ਚ ਨੇ, ਜਿਨ੍ਹਾਂ ਨੂੰ ਕੈਰਾਕੋ ਸਾਲਟ ਮਾਈਨਸ ਕਹਿੰਦੇ। ਖਿਓੜਾ ਸਾਲਟ ਮਾਈਨ ਦੀ ਹੱਦ ਦਰਿਆ ਜੇਲਮ ਤੋਂ ਲੈ ਕੇ ਤੇ ਮੀਆਂ ਵਾਲੀ ਤੱਕ ਸੀ। ਇਹ ਨਮਕ ਦੀਆਂ ਕਾਨਾਂ ਕੋਈ 300 ਕਿਲੋਮੀਟਰ ਲੰਬੀਆਂ ਤੇ 8-30 ਕਿਲੋਮੀਟਰ ਚੌੜੀਆਂ। ਇਹ ਨਮਕ ਦੀ ਕਾਨ 3 ਕਿਲੋਮੀਟਰ ਲੰਬੀ ਹੈ, ਜਿਹਦੇ ਵਿੱਚ 1 ਕਿਲੋਮੀਟਰ ਲੋਕਾਂ ਦੇ ਫਿਰਨ ਲਈ ਤੇ 2 ਕਿਲੋਮੀਟਰ ਕੰਮ ਕਰਨ ਦੀ ਜਗ੍ਹਾ। ਕਾਨ ਦੇ 17 ਦਰਜੇ ਨੇ, 5 ਇਸ ਤੋਂ ਉੱਤੇ, 6ਵਾਂ ਹੈ ਤੇ 11 ਇਸ ਤੋਂ ਥੱਲੇ। ਇੱਥੇ ਨਮਕ ਦੇ 3 ਰੰਗ ਲੱਭਦੇ, ਲਾਲ, ਚਿੱਟਾ ਤੇ ਗੁਲਾਬੀ। ਖਿਓੜਾ ਸਾਲਟ ਮਾਈਨਸ ਚਕਵਾਲ ਵਿੱਚ ਸਿਆਹਾਂ ਦੀ ਪਸੰਦੀਦਾ ਥਾਂ ਹੈ। ਇੱਥੇ ਵਰੇ ਵਿੱਚ 2 ਲੱਖ ਤੋਂ ਚੋਖੇ ਲੋਕ ਇਹਨੂੰ ਵੇਖਣ ਆਉਂਦੇ ਨੇ। ਸਿਆਹਤ ਦੇ ਨੁਕਤਾ ਨਜ਼ਰ ਨਾਲ ਜਨੂਬੀ ਪੰਜਾਬ ਦਾ ਜ਼ਿਲ੍ਹਾ ਮੁਜ਼ੱਫਰਗੜ੍ਹ ਬੜੀ ਅਹਿਮੀਅਤ ਰੱਖਦਾ ਹੈ। ਇੱਥੇ ਤੌਂਸਾ ਬੈਰਾਜ ਦਰਿਆਏ ਸਿੰਧ ਤੇ ਬਣਿਆ ਹੈ, ਜਿਹੜਾ ਦਰਿਆਵਾਂ ਵਿੱਚ ਪਾਣੀ ਦੀ ਤਨਜ਼ੀਮ ਦਾ ਕੰਮ ਕਰਦਾ ਹੈ। ਐਸੇ ਇਲਾਕੇ ਦੀ ਖਾਸੀਅਤ ਮਛੇਰਿਆਂ ਦੀ ਬਸਤੀ ਤੇ ਅੰਨੀ ਡੋਲਫਨ ਹੈ। ਮਛੇਰਿਆਂ ਦੀ ਬਸਤੀ ਕਸ਼ਤੀਆਂ ਉੱਤੇ ਕਾਇਮ ਹੈ, ਜਿੱਥੇ ਉਹ ਆਪਣੀ ਸਾਰੀ ਹਯਾਤੀ ਲੰਘਾ ਛੱਡਦੇ ਨੇ। دیہاتی لوگ تو ویسے ہوئے ہیں، وہ ان کو جانتے ہیں نا، زیادہ طور باہر کے لوگ یا دور دور کے شہر کے لوگ وہ ان کو دیکھنے کے لیے آتے ہیں شوق سے۔ یہ ساڈا پاکستان دا پرانا جانور ہے، اس واسطے ان دی اساں تعداد زیادہ ودھانا چاہتے ہیں۔ اگر ان دی تعداد ختم تھی ਤੇ ਸਾਡੇ ਪਾਕਿਸਤਾਨ ਵਿੱਚ ਕਿਆ ਰਹਿਣੇ, ਸਾਰੇ ਜਾਨਵਰ ਸਾਡੇ ਇਵੇਂ ਖਤਮ ਥੀਂਦੇ ਪਏ ਸਨ। ਇਹ ਆਪ ਡਾਲਫਨ ਉੱਤੇ ਕੋਨੇ ਦੀ ਹੈ, ਉੱਤੇ ਆਣ ਕੇ ਸਾਹ ਸੁਣ ਲੈ ਕੇ ਵੱਧ ਥੱਲੇ ਗਿਣ ਵੇਂਦੀ ਹੈ। ਇਹ ਛੁਆਵੇਂ ਨਾਲ ਟੁੱਟਦੀ ਹੈ, ਇਹਦੇ ਅੱਖੀਂ ਕੋਈ ਨਹੀਂ। ਇਹ ਇਨਸਾਨ ਕਾ ਤੋ ਸਾਥੀ ਹੈ ਨਾ। ਇਸ ਇਲਾਕੇ ਵਿੱਚ ਅੰਨੀਆਂ ਡੋਲਫਨਸ ਦੀ ਇੱਕ ਮਹਿਫੂਜ਼ ਪਨਾਹਗਾਹ ਹੈ, ਜਿੱਥੇ 1400 ਡੋਲਫਨ ਹੁਣ ਵੀ ਜ਼ਿੰਦਾ ਨੇ ਤੇ ਵੇਖੀਆਂ ਜਾ ਸਕਦੀਆਂ ਨੇ। ਪੰਜਾਬ ਵਿੱਚ ਜਨੂਬ ਦਾ ਹਿੱਸਾ ਬੜੀ ਅਹਿਮੀਅਤ ਰੱਖਦਾ ਹੈ। ਜਨੂਬੀ ਪੰਜਾਬ ਦਾ ਮਰਕਜ਼ ਜ਼ਿਲ੍ਹਾ ਬਹਾਵਲਪੁਰ ਹੈ। ਇਹ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ। ਇੱਕ ਹਜ਼ਾਰ ਸਾਲ ਦਾ ਸਾਡੇ ਕੋਲ ਜਿਹੜਾ ਅਦਬੀ ਵਿਰਸਾ ਉਹ ਮੌਜੂਦ ਹੈ। ਉਰਦੂ ਨੂੰ ਵੀ ਪੰਜਾਬੀ ਜ਼ਬਾਨ ਦੀ ਬੇਟੀ ਆਖਿਆ ਜਾਂਦਾ ਹੈ, ਯਾਨੀ ਮੋਸਟਲੀ ਉਰਦੂ ਦੇ ਜਿਹੜੇ ਲਫਜ਼ ਨੇ ਉਹ ਪੰਜਾਬੀ ਜ਼ਬਾਨ 'ਚੋਂ ਹੀ ਨਿਕਲੇ ਨੇ। ਬਹਾਵਲਪੁਰ ਦੇ ਮਹਿਲ, ਬਾਗ, ਸਹਿਰਾ, ਦਰਾਵੜ ਕਿਲ੍ਹਾ, ਅੰਬਾਂ ਅਤੇ ਸੂਰਜਮੁਖੀ ਦੇ ਬਾਗ ਮਸ਼ਹੂਰ ਨੇ। ਬਹਾਵਲਪੁਰ ਦਾ ਲਾਲ ਸੋਹਨਰਾ ਨੈਸ਼ਨਲ ਪਾਰਕ ਜਨੂਬੀ ਏਸ਼ੀਆ ਦਾ ਸਭ ਤੋਂ ਵੱਡਾ ਨੈਸ਼ਨਲ ਪਾਰਕ ਹੈ ਤੇ ਯੂਨੈਸਕੋ ਦੀ ਸਾਰਣੀ ਵਿੱਚ ਵੀ ਇਹ ਸ਼ਾਮਿਲ ਹੈ। ਪੰਜਾਬ ਦੀ ਧਰਤੀ ਤੋਂ ਫੈਸ ਚੁੱਕੇ ਬੜੀਆਂ ਸ਼ਖਸੀਅਤਾਂ ਜੱਗ ਪੱਧਰ ਤੇ ਮਸ਼ਹੂਰ ਹੋਈਆਂ।
ਅੱਜ ਦਾ ਪੰਜਾਬ ਕੌਮੀ ਤਰੱਕੀ ਦਾ ਮਜ਼ਹਰ ਹੈ ਅਤੇ ਇਹਦੀ ਨੌਜਵਾਨ ਨਸਲ ਮੁਸਤਕਬਿਲ ਦਾ ਸਾਹਮਣਾ ਕਰਨ ਲਈ ਤਿਆਰ ਹੈ।